ਜਿਹਦਾ ਅੱਜ ਅਲਮ ਬਰਾਮਦ ਹੋਏਗਾ। ਸ਼ਹਿਨਸ਼ਾਹ ਵਫਾ ਅਲੀ ਦਾ ਜਲਾਲੀਆਂ ਦਾ ਪੁੱਤਰ, ਪਿਓ ਦੀ ਸ਼ੁਜਾਤ ਦਾ ਵਾਰਸ। ਕਸਮ ਖੁਦਾ ਦੀ, ਸਰਕਾਰ ਅੱਬਾਸ ਦੇ ਬਾਰੇ ਪੜ੍ਹੋ ਨਾ, ਇਹ ਅਲੀ ਦਾ ਪੁੱਤਰ ਦੋ ਰਕਾਬਾ ਘੋੜੇ ਤੇ ਬੰਨਦਾ, ਯਾਨੀ ਅਮੂਮਨ ਇੱਕ ਰਕਾਬ ਹੁੰਦੀ ਘੋੜੇ ਦੀ, ਦੋ ਪਹਿਲੀਆਂ ਰਕਾਬਾਂ ਚ ਪੈਰ ਕੱਢਦੇ ਤੇ ਥੱਲੇ, ਅਗਰ ਥੱਲਿਓਂ ਕੱਢਦੇ ਨੇ ਤੇ ਫਿਰ ਥੱਲੇ ਜ਼ਮੀਨ ਨਾਲ ਟੱਚ ਹੁੰਦੇ ਨੇ। ਇਤਨਾ ਕਾਦਾਵਰ ਸ਼ਖਸੀਅਤ, ਕਿਤਨਾ ਮਾਰਿਆ ਨੇ, ਤੇਰੀ ਹਾਏ ਨਿਕਲ ਜਾਏਗੀ, ਇਤਨਾ ਮਾਰਿਆ ਨੇ, ਜਿਹੜਾ ਏਡਾ ਵੱਡਾ ਕਾਦਾਵਰ ਆਈ ਉਹਦੀ ਕਬਰ ਅਸਗਰ ਦਿੱਤੀ। ਬਹੁਤ ਰੋਂਦੇ ਨੇ, ਜੰਨਤ ਉਲ ਬਕੀ ਬਹਿ ਕੇ ਰੋਂਦੇ ਨੇ, ਲੇਕਿਨ ਪੂਰੀ ਜ਼ਿੰਦਗੀ ਗਾਲੀ ਦਾ ਵਹਿਣ ਹੀ ਨਹੀਂ ਕੀਤਾ। ਆਖਰੀ ਜ਼ਿੰਦਗੀ ਦਾ ਹਿੱਸਾ ਆ ਗਿਆ ਤੇ ਇੱਕ ਦਿਨ ਫਰਮੇ ਦਿਨ ਬਾਦਰ ਲੱਗਦਾ ਹੁਣ ਮੈਂ ਦੁਨੀਆ ਛੋੜ ਜਾਂਗੀ, ਤੇ ਇੱਕ ਵਾਰੀ ਮੈਂ ਕਰਬਲਾ ਦਾ ਕਦੀ ਸਵਾਲ ਬਣਾਓ, ਬਾਕਰ ਤੁਸੀਂ ਮੈਨੂੰ ਕਰਬਲਾ ਲੈ ਕੇ ਮਸਜਿਦ ਏ ਸਾਹਿਬੋ ਜ਼ਮਾਨ ਦੀ, ਇੱਥੇ ਆ ਕੇ ਬਾਕਿਰ ਦਾਦੀ ਦਾ ਮਹਮਲ ਹੋ ਗਿਆ। ਇਹ ਜਿੱਥੇ ਇਮਾਮ ਜ਼ਮਾਨਾ ਦੀ ਦੋ ਰਕਤ ਨਮਾਜ਼ ਹਦੀਆ ਪੜ੍ਹਦੇ, ਤਕਰੀਬਨ ਕਿਲੋਮੀਟਰ ਡੇਢ ਕਿਲੋਮੀਟਰ ਸੈਯਦ ਸ਼ਹਾਦਾ ਦੀ ਕਬਰ ਤੋਂ ਦੂਰ ਫੁਰਾਤ ਦਾ ਕਿਨਾਰਾ, ਜਿੱਥੋਂ ਗਾਜ਼ੀ ਮੌਲਾ ਪਾਣੀ ਭਰਦੇ ਨੇ, ਉੱਥੇ ਅਲਮ ਵੀ ਅਜੇ ਨਹਿਰ 'ਚ ਲੱਗੇ ਆ, ਬਿਲਕੁਲ ਉਸਦੇ ਕਿਨਾਰੇ 'ਤੇ 12 ਵਜੇ ਇੱਥੇ ਆ ਕੇ ਰੋਕਿਆ ਨੇ ਮਾਮ, ਲਓ ਦਾਦੀ ਆ ਗਈ ਬਾਬਾ ਦੀ ਕਬਰ। ਲੱਥਣ ਫਰਮਾਇਆ ਕਿੱਥੇ ਕਬਰ ਹੈ, ਫਰਮਾਇਆ ਉਹ ਇੱਕ ਕਿਲੋਮੀਟਰ ਦੂਰ, ਤੇ ਫਰਮਾਇਆ ਇੱਥੇ ਕਿਉਂ ਲਹਾਈ, ਫਰਮਾਇਆ ਦਾਦੀ ਮੈਂ ਚਸ਼ਮਦੀਦ ਗਵਾਂ, ਵੱਜਦੇ ਘੋੜੇ ਤੋਂ ਇੱਥੇ ਲੱਥੇ ਮੇਰਾ ਮਾਮਾ, ਹੈਰਾਨ ਹੋ ਕਦਨ ਤੇ ਇੱਥੇ ਲੱਥੇ ਫਿਰ ਉੱਥੇ ਕਿਵੇਂ ਗਿਆ, ਆ ਜੇ ਹੱਸਣਾ ਹੀ ਤੇ ਸੁਣੀ ਭਾਈ ਮੈਨੂੰ ਹਸਾ ਲੈ, ਜੇ ਰੋਣਾ ਹੀ ਤੇ ਗੱਲ ਤੇਰੇ ਨਬੀ ਦੇ ਪੁੱਤਰ ਦੀ ਜੇ ਹਾਏ ਕਰੀ, ਮੈਨੂੰ ਕੁਰਾਨ ਦੀ ਕਸਮ ਬਾਕੇ ਰੋ ਕੇ ਦਿਨ ਦਾਦੀ ਇੱਥੇ ਤਾਂ ਲਹਾਇਆ, ਇੱਥੋਂ ਲੈ ਕੇ ਕਬਰ ਤਾਈਂ ਸ਼ਿਮਰ ਦਾਦੇ ਨੂੰ ਵਾਲਾ ਚ ਮੈਂ ਗਾਜ਼ੀ ਨਾਲ ਕੋਈ ਗੱਲ ਕਰ ਨਹੀਂ ਹੈ,
جتنا صفا مروا چ فاصلہ ہے نا اتنا ہی حسین دے پیراں دے پاسے ٹر کے تے غازی دی کر ضعیفہ نے بنائی کمزور ہے ماں چاہ کے کھلائے ہوئے نا انہوں اپنے پتر دا بڑا پتا ہوتا ہے یہ تے غازی دی ماں ہائی اس ہتھاں تے جھولی چ پال کے جوان کیتا ہی خدا کرے تین سمجھ آوے گھر تک روئے گا تو ماں دے ذہن وچ غازی دا قد کاٹھے پتر دی جوانی پتر دا ہمت طاقت تر کے آئے نے فرمایا لو دادی آ گئے جی پتر دی قبر کچی قبر ہے میری سین پتر نوں ذہن وچ رکھ کے نا کتھے قبر فرمایا سامنے ہتھ کرو اے انج کر کے امل بنین مٹی تے بیٹھی میں قبر تے ہتھ رکھاں قبر کوئی نہیں باقی رکھ دین دادی ہاتھ ہور نیڑے کرو ایتھے آئے نے کوئی نہیں ہور نیڑے کرو ایتھے آئے نے تے قبر محسوس ہوئی چیخ مار کے اٹھی زہرا ماں دیاں دیاں نے تو میں نوکرانی دا پتر
ਬੇਟਾ ਸਫਰਾਂ ਵਿੱਚ ਵੀ ਹੱਦ ਕਾਇਮ ਰੱਖਣੀ ਹੈ। ਜਿੱਥੇ ਖੈਮੇ ਲੰਘ ਜਾਣ ਉਸਨੂੰ ਬਤੂਲ ਦਾ ਘਰ ਸਮਝਣਾ, ਜਿੱਥੇ ਸ਼ਹਿਜ਼ਾਦੀਆਂ ਦੇ ਕਦਮ ਆਵਣ ਉਹਨਾਂ ਕਦਮਾਂ 'ਤੇ ਵੀ ਤੇਰਾ ਕਦਮ ਨਾ ਜਾਏ। ਅਗਰ ਕੋਈ ਗੱਲ ਕਰਨੀ ਪਵੇ ਤਿੰਨਾ ਮਾਂ ਯੁਰੀਦੁੱਲਾ ਦੀ ਆਇਤ ਪੜ੍ਹਨੀ ਆ, ਅਮਾ ਠੀਕ ਹੈ। ਇਹ ਫਿਰ ਮਾਂ ਦੇ ਸਬਕ ਯਾਦ ਕਰਕੇ ਤੁਰ ਪਿਆ, ਕਰਬਲਾ ਪਹੁੰਚ ਕੇ ਚਾਰ ਨੂੰ ਪਾਣੀ ਬੰਦ ਹੋਇਆ, ਸੱਤ ਨੂੰ ਪਾਣੀ ਮੁੱਕ ਗਿਆ। ਹਾਂ, ਚਾਰ ਮੁਹਰਮ ਦਾ ਸਹੀਦਾਂ ਦਾ ਪਾਣੀ ਬੰਦ ਹੋਇਆ, ਅਤੇ ਜਿਹੜਾ ਕੁਝ ਮਸ਼ਕੀਜ਼ਾਂ 'ਚ ਪਾਣੀ ਰਹਿ ਗਿਆ ਸੀ ਉਹ ਫਿਰ ਸੰਭਾਲ ਕੇ ਬਤੂਲ ਦੀਆਂ ਦਹੀਆਂ ਰੱਖ ਲਿਆ। ਉਹ ਸਿਰਫ ਦੋ ਮਾਸੂਮਾਂ ਵਾਸਤੇ ਰੱਖਿਆ, ਇਤਨਾ ਹੀ ਬੱਚਿਆ ਸੀ, ਇੱਕ ਅਲੀ ਅਸਰ ਵਾਸਤੇ, ਇੱਕ ਮਾਸੂਮਾ ਬਿੰਤਲ ਹੁਸੈਨ ਵਾਸਤੇ। ਸੱਤਵੀਂ ਨੂੰ ਉਹ ਵੀ ਮੁੱਕ ਗਿਆ। ਬੜੇ ਤਸੱਲੇ ਅੱਜ ਵੀ ਕਰਬਲਾ ਰਹੇ, ਅਲ ਅਤਸ਼ ਦੀਆਂ ਸਦਾਵਾਂ ਬੁਲੰਦ ਹੋ ਰਹੀਆਂ। ਹਾਏ ਪਿਆਸ, ਦਾ ਮੁਹਰਮ ਦਾ ਦਿਨ ਚੜਿਆ, ਬਾਵੇ ਬਤੂਲ ਤੇ ਲੁੱਟ ਪੈ ਗਈ, ਸ਼ਗਿਰਦ ਤੁਰਦੇ ਰਹੇ ਤੇ ਗਾਜ਼ੀ ਹੱਥ ਮਲਦੇ। ਜਿਸਲੇ ਸ਼ਹਿਜ਼ਾਦੇ ਅਲੀ ਅਕਬਰ ਦੀ ਵਾਰੀ ਆਈ, ਬੇਬਸ ਰੋ ਕਹਿੰਦਾ ਇਹ ਤੇ ਬਚਾ ਲੈ, ਕਾਸਮ ਦੀ ਵਾਰੀ ਤੇ ਗਾਜ਼ੀ ਟਕਰਾ ਮਾਰ ਕੇ ਨਹੀਂ ਹੋ ਜੇ ਫੁੱਲ ਕੋਈ ਮਰਾਣ ਦੇ ਖਾਵੇ। ਤਲੀਆਂ ਮਲਦਾ ਰਿਹਾ, ਮਿੰਨਤਾਂ ਕਰਦਾ ਰਿਹਾ, ਰੋ ਰੋ ਕਹਿੰਦੇ ਮੈਨੂੰ ਭੇਜ ਦੇ ਹੁਸੈਨ, ਹਰ ਵਾਰੀ ਆ ਜਾ ਤੂੰ ਮੇਰੀ ਫੌਜ ਨਜ਼ਰ ਮੈਂ ਨਾ ਵੀ ਵਾਰ ਕਦਮਾਂ ਤੇ ਮੱਥਾ ਮਾਰ ਕਹਿੰਦਾ ਲੜਨਾ ਨਹੀਂ ਮੈਨੂੰ ਮਰਨ ਟੋਲ ਦੇ। ਨਾ ਵੀ ਵਾਰ ਹੁਸੈਨ ਇਬਨ ਅਲੀ ਉੱਠੇ ਨੇ, ਹਿਰਾ ਦਾ ਮੱਥਾ ਚੁੰਮ ਕਹਿੰਦੇ ਨੇ ਗਾਜ਼ੀ ਤੂੰ ਨਾ ਵੀ ਵਾਰ ਆਇਆ। ਆਪਣੇ ਹੱਥ ਗਾਜ਼ੀ ਦੀ ਦਾੜੀ ਥੱਲੇ ਰੱਖੇ,
سر نیوائی بی بی پاک داڑی تلے ہاتھ رکھ کے فرمائے میں کا دوچا کھا میرے الویک میں زینب عباس دس کی کرنا ہے اکھاں بند نے کد سیدھا کر لیا لیکن ویکھن دی ہمت نہیں فرمایا خالی ولی ماں دی بیٹی ہے نوکرانی ماں دا پتر منگن آ گئی اماں دے خالی ولن دا واسطے یا خالی نہ ڈول قاضی دے لہجے دے تیور ویکھیا دی اجے نہ منگی اما فیضا جی ہر خیمے جا تے بیبیاں ناک جلدی جاؤ میں اجڑ رہا
صدقے ایک بار سائی کر لو. ایڈی گرمی مسلسل ہونا بشریت نہیں, جمانت کنٹرول کرنا ہو سکتا ہے میں سیمنٹ برآمد کروا لو, ہو نہیں سکتا معصوم آکھے امت بنی نہ پتر نہ منے غازی گھوڑے دی واگ بدائی خیمے دے اندر غازی دا گھوڑا میدان نہ روکی تے بہنا بھرا دی کنڈوی